ਲੈ ਦੱਸ 3 ਵੱਜ ਗਏ ਹਜੇ ਤੱਕ ਨਹੀਂ ਆਈ ਕਹਿੰਦੀ ਸੀ ਮੰਮੀ ਮੈਂ ਦੁਪਹਿਰ ਤੱਕ ਆ ਜਾਊਂ ਸ਼ਾਮ ਹੋਣ ਨੂੰ ਹੋ ਗਈ ਰਸੋਈ 'ਚ ਭਾਂਡੇ ਵੀ ਧੋਣ ਵਾਲੇ ਪਏ ਨੇ ਕੱਪੜੇ 2 ਦਿਨ ਦੇ ਪਏ ਨੇ ਧੋਣ ਵਾਲੇ ਕੱਪੜੇ ਬਿਨਾਂ ਤਾਂ ਸਰਜੂ ਭਾਂਡੇ ਧੋਤੇ ਬਿਨਾਂ ਤਾਂ ਨਹੀਂ ਸਰਦਾ ਹੈਗਾ ਮੈਥੋਂ ਤਾਂ ਮਾਂਜੇ ਨਹੀਂ ਆਉਂਦੇ ਆਪੇ ਆ ਕੇ ਮਾਂਜ ਲੂਗੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਤੂੰ ਤਾਂ ਕਹਿੰਦੀ ਸੀ ਮੈਂ ਦੁਪਹਿਰ ਤੱਕ ਆ ਜਾਊਂ ਤੂੰ ਆਉਂਦੀ ਆਉਂਦੀ ਨੇ ਸ਼ਾਮ ਕਰਤੀ ਨਾ ਤੇਰਾ ਆਉਣ ਨੂੰ ਜੀ ਨਹੀਂ ਸੀ ਕਰਦਾ ਘਰੇ ਮੰਮੀ ਜੀ ਬਸ ਘਰੋਂ ਆਉਂਦੇ ਆਉਂਦੇ ਨਾ ਟਾਈਮ ਲੱਗ ਹੀ ਗਿਆ ਉਹ ਮੰਮੀ ਨਾ ਕਦੇ ਕਹਿਣ ਆਹ ਸਮਾਨ ਪਾ ਲਾ ਕਦੇ ਕਹਿਣ ਆਹ ਸਮਾਨ ਪਾ ਲਾ ਫਿਰ ਆਉਂਦੀ ਆਉਂਦੀ ਮੈਂ ਆਪਣੀ ਤਾਈ ਨੂੰ ਵੀ ਮਿਲ ਕੇ ਆਈ ਹਾਂ ਉੱਥੇ ਵੀ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਨਾ ਤਾਈ ਨੂੰ ਮਿਲਣ ਗਏ ਸੀ ਫਿਰ ਉਹਨੇ ਕੁਛ ਤੈਨੂੰ ਦਿੱਤਾ ਕਿ ਖਾਲੀ ਹੱਥ ਲਮਕਾਉਂਦੀ ਆ ਗਈ ਮੰਮੀ ਜੀ ਤਾਈ ਜੀ ਨੇ ਤਾਂ ਮੈਨੂੰ ਬਹੁਤ ਸੋਹਣਾ ਸੂਟ ਦਿੱਤਾ ਕਹਿੰਦੀ ਸੀ ਸਮਾ ਕੇ ਪਾ ਲਈ ਚੱਲ ਫਿਰ ਠੀਕ ਹੈ ਮੈਂ ਤਾਂ ਸੋਚਿਆ ਕਿਤੇ ਖਾਲੀ ਹੱਥੇ ਮੋੜਤਾ ਧੀਆਂ ਨੂੰ ਦੇਣਾ ਤਾਂ ਬਣਦਾ ਹੀ ਹੈਗਾ ਚੱਲ ਫਿਰ ਮੈਨੂੰ ਐਂ ਦਿਖਾ ਕੀ ਲੈ ਕੇ ਆਈ ਹੈ ਤੂੰ ਮੰਮੀ ਜੀ ਬਾਰੇ ਨਾ ਗਰਮੀ ਵਾਲੀ ਸੀ ਪਹਿਲਾਂ ਮੈਂ ਪਾਣੀ ਪੀ ਆਵਾਂ ਫਿਰ ਆ ਕੇ ਤੁਹਾਨੂੰ ਸੂਟ ਦਿਖਾਉਣੀ ਆ ਪਤਾ ਨਹੀਂ ਕੀ ਲੈ ਕੇ ਆਈ ਹੈਗੀ ਹੈਲੋ ਸਤਿ ਸ਼੍ਰੀ ਅਕਾਲ ਨਹੀਂ ਸਤਿ ਸ਼੍ਰੀ ਅਕਾਲ ਤੇਰੀ ਭਜਾਈ ਆ ਗਈ ਪੇਕਿਆਂ ਤੋਂ ਤੂੰ ਵੀ ਆ ਜਾ ਫਟਾਫਟ ਕੀ 5 ਵਜੇ ਤੋਂ ਬਾਅਦ ਚੱਲ ਠੀਕ ਹੈ ਫਿਰ ਆ ਤਾਂ ਠੀਕ ਠਾਕ ਰਹੀ ਹੈ ਇੱਕ ਆਹੀ ਸੂਟ ਚੱਜਦਾ ਹੈਗਾ ਬਾਕੀ ਤਾਂ ਤੇਰੀ ਮਾਂ ਨੇ ਵੈਸੇ ਦਿੱਤੇ ਨੇਗੇ ਵੈਸੇ ਕੁਛ ਖਾਣ ਪੀਣ ਨੂੰ ਵੀ ਲੈ ਕੇ ਆਈਆਂ ਕਿ ਖਾਲੀ ਹੱਥ ਹੀ ਆ ਗਈ ਹਾਂਜੀ ਮੰਮੀ ਲਿਆਈਆਂ ਤੁਹਾਡੀ ਪਸੰਦ ਦੀ ਮਠਿਆਈ ਫਰਿੱਜ 'ਚ ਰੱਖਤੀ ਮੈਂ ਚੱਲ ਠੀਕ ਹੈ ਫਿਰ ਨਾ ਅਸਲ 'ਚ ਹੋਰ ਕਿਹੜਾ ਸਮਾਨ ਲੈ ਕੇ ਆਈਆਂ ਉਹ ਵੀ ਤਾਂ ਦਿਖਾ ਦੇ ਮੈਨੂੰ ਮੰਮੀ ਜੀ ਇੰਨਾ ਸਾਰਾ ਸਮਾਨ ਤਾਂ ਲੈ ਆਈ ਮੈਂ ਕਿੱਥੇ ਐਤਕੀ ਵਾਰ ਤਾਂ ਤੇਰੀ ਮਾਂ ਨੇ ਕੰਜੂਸੀ ਵਰਤੀ ਹੈ ਘੱਟ ਹੀ ਸਮਾਨ ਦਿੱਤਾ ਤੈਨੂੰ ਮੈਂ ਤਾਂ ਚਾਹੇ ਜਿੰਨਾ ਮਰਜ਼ੀ ਸਮਾਨ ਲੈ ਆਵਾਂ ਪਰ ਤੁਹਾਨੂੰ ਤਾਂ ਹਮੇਸ਼ਾ ਘੱਟ ਹੀ ਦਿਖਦਾ ਚੱਲ ਹੁਣ ਮੂੰਹ ਜਾਣਾ ਹੋਣਾ ਅੰਦਰ ਰੱਖਿਆ ਸਮਾਨ ਜਾ ਕੇ ਨਾ ਰੋਟੀ ਦੀ ਤਿਆਰੀ ਕਰ ਲੈ ਮੇਰਾ ਨਾ ਸਵੇਰ ਦਾ ਹਲਕਾ ਫੁਲਕਾ ਹੀ ਖਾਇਆ ਹੋਇਆ ਨਾਲੇ ਨਾ ਰਸੋਈ 'ਚ ਭਾਂਡਿਆਂ ਦਾ ਢੇਰ ਲੱਗਿਆ ਪਿਆ ਰੋਟੀ ਬਣਾਉਣ ਤੋਂ ਪਹਿਲਾਂ ਨਾ ਉਹ ਧੋ ਲਈ 2 ਦਿਨ ਦੇ ਕੱਪੜੇ ਵੀ ਧੋਣ ਵਾਲੇ ਪਏ ਨੇ ਉਹ ਜਦੋਂ ਤੇਰੀ ਮਰਜ਼ੀ ਧੋ ਲਈ ਠੀਕ ਆ ਮੰਮੀ ਜੀ ਲੈ ਦੱਸ ਹਜੇ ਤੱਕ ਨਹੀਂ ਆਏ ਕਹਿੰਦੀ ਸੀ ਹੁਣੇ ਆਉਂਦੀ ਆ ਮੰਮੀ ਜੀ ਮੈਂ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਮੈਂ ਤਾਂ ਤੇਰਾ ਕਦੋਂ ਦਾ ਇੰਤਜ਼ਾਰ ਕਰੀ ਜਾਂਦੀ ਸੀ ਤੂੰ ਹੁਣ ਆਈ ਹੈ ਨਹੀਂ ਮਨਦੀਪ ਪਾਣੀ ਲੈ ਕੇ ਆ ਸੁਮੀਤ ਆਈ ਹੈ ਇਹ ਤਾਂ ਮੈਨੂੰ ਪਤਾ ਹੀ ਸੀ ਵੀ ਜੇ ਮੈਂ ਆ ਗਈ ਨਾ ਤਾਂ ਇਹਨੇ ਤਾਂ ਆਉਣਾ ਹੀ ਆ ਪੱਕਾ ਇਹਨਾਂ ਨੂੰ ਪਤਾ ਨਹੀਂ ਚੈਨ ਹੈਗੀ ਆ ਕਿ ਨਹੀਂ ਲਿਆਉਣੀ ਆ ਮੰਮੀ ਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਸਤਿ ਸ਼੍ਰੀ ਅਕਾਲ ਭਾਬੀ ਜੀ ਦੀਦੀ ਆ ਲਓ ਪਾਣੀ ਭਾਬੀ ਜੀ ਕਦੋਂ ਆਏ ਸੀ ਤੁਸੀਂ ਡਰਾਮਾ ਦੇਖ ਕਿਵੇਂ ਕਰਦੀ ਆ ਜਿਵੇਂ ਇਹਨੂੰ ਕੁਛ ਪਤਾ ਹੀ ਨਹੀਂ ਹੁੰਦਾ ਦੀਦੀ 6 ਨੂੰ ਆਏ ਸੀ ਬੇਟਾ ਤੇਰੀ ਭਾਬੀ 3 ਵਜੇ ਚਲੋ ਚੰਗਾ ਹੋ ਗਿਆ ਭਾਬੀ ਵੀ ਆ ਗਈ ਨਹੀਂ ਤਾਂ ਮੈਂ ਤੁਹਾਨੂੰ ਇਕੱਲਿਆਂ ਨੂੰ ਮਿਲ ਕੇ ਹੀ ਚਲੀ ਜਾਣਾ ਸੀਗਾ ਹੁਣ ਮੈਂ ਭਾਬੀ ਨੂੰ ਵੀ ਮਿਲ ਲਈ ਨਾ ਹੁਣ ਤੂੰ ਖੜੀ ਕਿਉਂ ਹੈ ਚਾਹ ਬਣਾ ਲਿਆ ਕੁੜੀ ਵਾਸਤੇ ਹਾਂਜੀ ਮੰਮੀ ਹੁਣੇ ਬਣਾ ਕੇ ਲਿਆਉਂਦੀ ਹਾਂ ਤੁਸੀਂ ਵੀ ਮਿਲ ਲੈ ਭਾਬੀ ਡਰਾਮੇ ਦੇ ਕਿਵੇਂ ਕਰਦੀ ਆ ਉਹ ਮੈਨੂੰ ਨਹੀਂ ਪਤਾ ਵੀ ਤੂੰ ਕਾਹਦੇ ਵਾਸਤੇ ਆਈ ਆ ਉਹ ਜਿੰਨੀ ਦੇਰ ਨਾ ਮੇਰੇ ਪੇਕਿਆਂ ਦੇ ਲਿਆਂਦੇ ਸਮਾਨ 'ਚ ਤੇਰੀ ਮਾਂ ਸਮਾਨ ਨਹੀਂ ਦਵਾ ਦੂਗੀ ਨਾ ਤੈਨੂੰ ਉਹਦੇ ਚੈਨ ਨਹੀਂ ਪੈਣੀ ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਨੇ ਇਹ ਮਾਵਾਂ ਧੀਆਂ ਮੇਰੀ ਗੱਲ ਸੁਣ ਕੁੜੀਏ ਚੁੱਪ ਕਰਕੇ ਨਾ ਬੈਠੀ ਰਹੀ ਤੇਰੀ ਭਾਬੀ ਨਾ ਇਸਕੀ ਪੇਕਿਆਂ ਤੋਂ ਬਹੁਤ ਸਾਰੇ ਝੂਟ ਲੈ ਕੇ ਆਈ ਹੈ ਜਿਹੜਾ ਪਸੰਦ ਹੋਇਆ ਨਾ ਤੇਰੀ ਮੈਂ ਤਾਂ ਇਹ ਲੈਣਾ ਠੀਕ ਆ ਮੰਮੀ ਜੀ ਤੁਹਾਡੀ ਕਹੀ ਗੱਲ ਮੈਂ ਕਿਵੇਂ ਟਾਲ ਸਕਦੀ ਹਾਂ ਹੋਰ ਭਾਬੀ ਉੱਥੇ ਘਰੇ ਸਾਰੇ ਠੀਕ ਠਾਕ ਸੀਗੇ ਮਾਸੀ ਮਾਸੜ ਜੀ ਵੀਰਾ ਭਾਬੀ ਹਾਂਜੀ ਦੀਦੀ ਸਭ ਠੀਕ ਠਾਕ ਸੀ ਭਾਬੀ ਜੀ ਇਸ ਵਾਰੀ ਤਾਂ ਤੁਸੀਂ ਕਾਫੀ ਦਿਨ ਲਗਾਇਆ ਹੈ ਹਾਂਜੀ ਦੀਦੀ 4-5 ਦਿਨ ਤਾਂ ਮੈਂ ਲਾ ਹੀ ਆਈ
फिर की शॉपिंग कर रहे हो तू? ज्यादा कुछ नहीं दीदी, बस 4-5 सूट ही लेके आई हां। ना ही दसी जाएंगी तो दिखावेंगी यू लेके? दिखा रहे हो कुड़ी ले के? हां जी मम्मी, मैं दिखानी है। भाभी जी, सूट तो सारे बहुत सोने ने, पर आ सूट ना सारे नालों सोना। दीदी थोनू तो पता ही है भी मेरा जन्मदिन आने वाला, मम्मी ने ना ये मेरे जन्मदिन के नाँ का दिता सी मैनू। सूट तो भाभी वाकई बहुत सोहना। वो तो जे तेन यही ज्यादा पसंद है तो तू ले जा। ले पुतो, हूँ तू इन्ने दिन पिछू आई है, हूँ तेरे भाभी खाली हाथ थोड़ी भेजूगी। जे तेन पसंद है ना तू ले जा। पर मम्मी जी ये तो नहीं करे तो दिल खोले कर, जे कुड़ी नु छूट पसंद है दे दे फिर संभालूगी। ये तू इन्ने तो छूट पे ने, इन्हें जो तू कोई भी संभाली। जे तेन दिक्कत हो रही है ना तेन मैं दवा दूंगी छूट। जे एक तो छूट दे भी देंगी तो तेरा कुछ घट दा। मम्मी तुसी ना आपदियां बाद च सुलट लियो, ठीक है ना? मैं भी आपदे घरे जाना, लवी भी आने वाला। चल ठीक है पुत्र, ले तेन छूट पा के दे दें लिफाफे च, नहीं ना आउंदी जांदी रहा कर। ओहो मम्मी, थोनू पता जब मैं थोड़े कोले आ रही सी ना मेरी तो चप्पल भी टुट गई। हुण आप टुटी हुई चप्पल ना मैं वापस किवें जाऊंगी घरे? पुत मेरी चप्पल तो तेरे आउंदी नहीं हैगी। ओ सच मेरे याद आ गया, तेरे भाभी ना नवी चप्पल लेके आई है, ओही ले जा तू, है ना मनदीप? पर मम्मी जी मेरे कोल तो नहीं। तू दे दे चप्पल, मरी जानी तू, तेनू होर दबा दूंगी। ये सहरे जाती टुटिया चप्पल पा के चंगी लगूगी। मनदीप हो गई तैयार? हाँ जी मम्मी हो गई, चली आप। कहे का छूट पाया? आप ब्याह ते जाना, ब्याह का छूट पाने कोई वधिया? मम्मी जी ये सूट ना थोड़ा ही दबाया होया। ओ मैंने पता है भी मेरा दबाया होएगा, आपने खास रिश्तेदारी जाना है, कोई होर पा लें दी। कितों पावा मम्मी ढंग दे सूट? ओ जे मेरे कोले होणगे मैं ताही तां पाऊंगी। जदों भी पेके तो सूट लियानी आ झट ती नूं फोन खड़का दिंदे आ, आ जा छांड के लै जा सूट। जे थोनू कुछ कहनी है ना तो तुसी मूहरों चुप करा दिंदे हो, मैं दबा दूंगी सूट। हुण मैनूं आए दसो भी आ थोड़ा दवाया सूट थोनू ही नहीं पसंद आ रहा तो मेरे मन ते की बीतदी होगी? इन्हां नूं कुछ कहनी आ ये उल्टा मेरे गले पै जाणगे, कहणगे तेनूं कपड़े पाउण दा चज नहीं। हुण मम्मी तुसी ही दसो भी मैं ढंग दे कपड़े कित्थों लै के आवां? जिहड़ा भी समान पेक्या ते लिआउणे आ धी नूं चुका दिंदे हो, मेरी तां ओह हालत होगी। आखे अपने समान नूं भी मैं अपना नहीं कह सकदी। पर जो नूह की बारी आती है उस टाइम सस की सोच क्यों बदल जाती है? कमेंटा च जरूर दस्यो। वीडियो वधिया लगे वध तो वध शेयर करियो जी। सत श्री अकाल।